ਅਸਲਾਮੁਅਲੈਕੁਮ ਖਵਾਤੀਨ ਹਜ਼ਰਾਤ, ਖਵਾਤੀਨ ਹਜ਼ਰਾਤ, ਅੱਜ ਇੱਕ ਬਹੁਤ ਹੀ ਅਫਸੋਸਨਾਕ ਖਬਰ ਸੁਣਨ ਨੂੰ ਮਿਲੀ ਹੈ ਸਵੇਰ ਦੇ ਟਾਈਮ। ਕਿ ਇਸ ਖਬਰ ਨੂੰ ਜਦੋਂ ਸੁਣਿਆ ਵਾ, ਜਦੋਂ ਦੇਖਿਆ ਵਾ, ਤਾਂ ਨਾ ਬਿਲਕੁਲ ਜ਼ਿਹਨ ਬਣਨ ਨੂੰ ਤਿਆਰ ਨਹੀਂ ਸੀ ਹੈਗਾ ਕਿ ਇਸ ਤਰ੍ਹਾਂ ਦਾ ਇਨਸਾਨ ਜਿਹਨਾਂ ਅਸੀਂ ਚੰਦ ਦਿਨ ਪਹਿਲੇ ਮਿਲੇ ਹਾਂ, ਜਿਹਨਾਂ ਅਸੀਂ ਗੱਪਾਂ ਮਾਰੀਆਂ, ਜਿਹਨਾਂ ਨਾਲ ਅਸੀਂ ਸਫ਼ਰ ਕੀਤਾ, ਇੰਨਾ ਹਸਮੁੱਖ ਇਨਸਾਨ ਇੱਕ ਅਚਾਨਕ ਸਾਨੂੰ ਛੱਡ ਕੇ ਚਲਾ ਜਾਏਗਾ। ਜਿਹਨਾਂ ਨਾਲ ਤੁਹਾਡਾ ਮੁਹੱਬਤ ਹੋਵੇ, ਜਿਹਨਾਂ ਨਾਲ ਤੁਸੀਂ ਵਕਤ ਗੁਜ਼ਾਰਿਆ ਹੋਵੇ, ਅਚਾਨਕ ਇੱਦਾਂ ਦੀ ਖਬਰ ਮਿਲੇ ਨਾ, ਅਤੇ ਤੁਹਾਡੇ ਤਾਸਰਾਤ ਇਸ ਤਰ੍ਹਾਂ ਹੁੰਦੇ ਕਿ ਤੁਹਾਡੇ ਕੋਲੋਂ ਨਾ ਬੋਲਣ ਦੇ ਅਲਫਾਜ਼ ਵੀ ਨਹੀਂ ਹੁੰਦੇ। ਇਸ ਤਰ੍ਹਾਂ ਦੇ ਸਾਡੇ ਪਾਕਿਸਤਾਨ ਰੇਲਵੇ ਦੇ ਬਹੁਤ ਹੀ ਨਾਈਸ ਪਰਸਨ ਅਤੇ ਕਮਾਲ ਡਰਾਈਵਰ, ਪਾਕਿਸਤਾਨ ਰੇਲਵੇ ਦਾ ਬਹੁਤ ਵੱਡਾ ਨੁਕਸਾਨ ਹੋਇਆ ਜੀ। ਅੱਜ ਲਾਹੌਰ ਸ਼ਹਿਰ ਦੇ ਡਰਾਈਵਰ ਸ਼ਾਹ ਲਤੀਫ ਸਾਹਿਬ ਦੇਖ ਰਹੇ ਹਾਂ ਤੁਸੀਂ ਸਾਹਮਣੇ, ਅੱਜ ਉਹਨਾਂ ਦਾ ਸੁਬਹਾ ਮੁਲਤਾਨ ਰਨਿੰਗ ਰੂਮ ਦੇ ਵਿੱਚ ਇੰਤਕਾਲ ਹੋ ਗਿਆ। ਤਾਂ ਪਹਿਲੇ ਇਸ ਖਬਰ ਦਾ ਯਕੀਨ ਨਹੀਂ ਆਇਆ, ਫਿਰ ਮੈਂ ਆਪਣੇ ਇੱਕ ਦੋਸਤ, ਮੇਰੇ ਭਾਈ ਹੈਗੇ ਆ, ਉਹਨਾਂ ਨੂੰ ਮੈਂ ਕਾਲ ਕੀਤੀ। ਮੈਂ ਕਿਹਾ ਸਾਰਾ ਮੈਂ ਕੀ ਸੁਣ ਰਿਹਾ, ਕਹਿੰਦੇ ਰਾਸ਼ਦ ਭਾਈ ਤੁਸੀਂ ਜੋ ਵੀ ਸੁਣ ਰਹੇ ਹਾਂ ਬਿਲਕੁਲ ਹਕੀਕਤ ਆ, ਕਿਉਂਕਿ ਆਖਰੀ ਟ੍ਰਿਪ ਉਹਨਾਂ ਨੇ ਸਾਡੇ ਉਸੇ ਭਾਈ ਦੇ ਨਾਲ ਕੀਤਾ ਸੀਗਾ, ਅਤੇ ਉਹਨਾਂ ਦੀਆਂ ਕੁਛ ਤਸਵੀਰਾਂ ਵੀ ਮੈਂ ਸ਼ੇਅਰ ਕਰ ਰਿਹਾ। ਬਿਲਕੁਲ 3 ਦਿਨ ਪਹਿਲੇ ਦੀਆਂ ਪਿਕਚਰਸ ਹੈਗੀਆਂ ਜੀ, ਜਿਹੜੀਆਂ ਉਹਨਾਂ ਨੇ ਤੁਰਕੀ ਰੇਲਵੇ ਸਟੇਸ਼ਨ 'ਤੇ ਬਣਾਈਆਂ। ਅਸੀਂ ਅੱਲਾਹ ਤਾਲਾ ਕੋ ਦੁਆ ਕਰਦੇ ਹਾਂ ਕਿ ਅੱਲਾਹ ਤਾਲਾ ਉਹਨਾਂ ਦੀਆਂ ਆਉਣ ਵਾਲੀਆਂ ਜਿੰਨੀਆਂ ਵੀ ਅਗਲੀਆਂ ਮੰਜ਼ਿਲਾਂ ਸਾਰੀਆਂ ਆਸਾਨ ਕਰੇ, ਉਹਨਾਂ ਦੇ ਕਾਰਦਿਆਂ ਨੂੰ ਸਬਰ ਜਮੀਲ ਅਤਾ ਕਰੇ, ਕਿਉਂਕਿ ਬਹੁਤ ਵੱਡਾ ਨੁਕਸਾਨ ਆ। ਇੱਕ ਛੋਟਾ ਜਿਹਾ ਨੁਕਸਾਨ ਨਹੀਂ ਹੈ ਪਾਕਿਸਤਾਨ ਰੇਲਵੇ ਵਾਸਤੇ, ਕਿਉਂਕਿ ਇਸ ਤਰ੍ਹਾਂ ਦੀ ਪਰਸਨੈਲਿਟੀ, ਇਸ ਤਰ੍ਹਾਂ ਦੇ ਇਨਸਾਨ ਬਹੁਤ ਹੀ ਘੱਟ ਹੁੰਦੇ ਆ। ਅੱਲਾਹ ਤਾਲਾ ਉਹਨਾਂ ਨੂੰ ਜੰਨਤ ਉਲ ਫਰਦੋਸ 'ਚ ਆਲਾ ਮੁਕਾਮ ਅਤਾ ਕਰੇ, ਅਤੇ ਮੇਰੇ ਸਾਰੇ ਦੇਖਣ ਵਾਲੇ ਭਾਈ ਉਹਨਾਂ ਵਾਸਤੇ ਦੁਆ ਮਗਫਰਤ ਲਾਜ਼ਮੀ ਕਰਨਾ। ਅੱਜ ਦੀ ਸਿਰਫ ਇੰਨੀ ਕੁ ਵੀਡੀਓ ਆ, ਹੋਰ ਕੁਛ ਵੀ ਨਹੀਂ ਹੈ, ਸਿਰਫ ਉਹਨਾਂ ਵਾਸਤੇ ਸਾਡੇ ਬਹੁਤ ਹੀ ਪਿਆਰੇ ਜਨਾਬ ਸ਼ਾਹ ਲਤੀਫ ਵਾਸਤੇ ਤੁਸੀਂ ਸਭ ਮਗਫਰਤ ਦੀ ਦੁਆ ਕਰਨਾ ਕਿ ਅੱਲਾਹ ਤਾਲਾ ਉਹਨਾਂ ਦੀਆਂ ਆਉਣ ਵਾਲੀਆਂ ਮੰਜ਼ਿਲਾਂ ਜਿਹੜੀਆਂ ਨਾ ਆਸਾਨ ਕਰ ਦੇਵੇ।